ਹਾਂ ਜੀ, ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਆਪਾਂ ਖੇਤ ਆ ਗਏ, ਖੇਤ ਗੇੜਾ ਮਾਰਨਾ ਸੀ, 3-4 ਦਿਨ ਹੋ ਗਏ ਖੇਤ ਹੀ ਨਹੀਂ ਆਏ। ਮੈਂ ਕਿਹਾ ਚਲੋ ਗੇੜਾ ਮਾਰ ਲੈਂਦੇ ਹਾਂ। ਕਣਕ ਤਾਂ ਆਪਣੀ ਸਾਰੀ ਭਰ ਗਈ ਸੀ, ਤੇ ਹੁਣ ਖਾਦ ਰਹਿੰਦੀ ਪਾਉਣ ਵਾਲੀ, ਤੇ ਖਾਦ ਹਜੇ ਆਪਾਂ ਨੂੰ ਸੁਸਾਇਟੀ ਦੇ ਵਿੱਚੋਂ ਪਿੰਡੋਂ ਮਿਲੀ ਨਹੀਂ। ਤੇ ਅੱਜ ਜਾਂ ਕੱਲ੍ਹ ਚ ਲਿਆਉਂਦੇ ਹਾਂ ਫਿਰ ਸ਼ਹਿਰੋਂ, ਘੇਰਾਂ ਇੱਕ ਵਾਰੀ ਦੀ ਫਿਰ ਲੈ ਆਉਂਦੇ ਸ਼ਹਿਰੋਂ, ਤੇ ਘੇਰਾਂ ਪਾ ਦਿੰਦੇ ਹਾਂ ਕਿਉਂਕਿ ਕਣਕ ਹੁਣ ਆਪਣੀ ਹੋ ਗਈ ਵਧੀਆ। ਉਹ ਜਿਹੜਾ ਸਾਹਮਣੇ ਸਾਰੀ ਪਾਣੀ ਪੂਣੀ ਘੱਟ ਉੱਗੀ ਸੀ, ਉਹ ਸਾਰੀ ਉੱਗ ਪਈ ਪ੍ਰੋਪਰ, ਕਣਕ ਪੂਰੀ ਹਰਿਆਲੀ ਮਾਰਦੀ ਆ। ਅਤੇ ਹੁਣ ਬਸ ਖਾਦ ਪਾ ਦਈਏ ਅਤੇ ਫਿਰ ਦਿਨਾਂ 'ਚ ਹੀ ਆਈ ਲਓ। ਅਤੇ ਅੱਜ ਉਸਤਾਦ ਜੀ ਕਹਿੰਦੇ ਨਾਲੇ ਖੇਤ ਗੇੜਾ ਮਾਰਿਓ ਅਤੇ ਨਾਲੇ ਸਾਗ ਲਿਆਓ, ਅਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਸਾਗ। ਅਤੇ ਸਾਗ ਆਪਾਂ ਤੋੜ ਲਿਆ, ਅਤੇ ਹੁਣ ਬਸ ਇੱਧਰ ਗੇੜਾ ਮਾਰਨ ਆਇਆ ਸੀ, ਹੁਣ ਚੱਲਦੇ ਹਾਂ ਘਰ ਨੂੰ। ਅਤੇ ਦਿੰਦੇ ਹਾਂ ਜਾ ਕੇ ਸਾਗ ਅਤੇ ਬਣਾਉਣਗੇ, ਅਤੇ ਅੱਜ ਦੇਖਦੇ ਹਾਂ ਕਿਆ ਕਿਆ ਕਰਦੇ ਹਾਂ। ਬਣੇ ਰਹੋ ਵੀਡੀਓ ਦੇ ਨਾਲ, ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਅੱਜ ਸਾਡੇ ਪਿੰਡ ਦੇ ਸਾਡੇ ਰਾਹ ਵਾਲਿਆਂ ਨੇ ਸਾਰਿਆਂ ਨੇ ਸਾਗ ਬਣਾਇਆ, 2-3 ਘਰ ਆਪਣੇ ਸਾਗ ਲੈ ਗਏ, ਅਤੇ ਉੱਧਰੋਂ ਪਿੱਛੋਂ ਵੀ ਅੱਗੇ ਮੈਨੂੰ ਇੱਕ ਕਹੀ ਜਾਂਦਾ, ਕਹਿੰਦਾ ਅੱਜ ਪਤਾ ਨਹੀਂ ਭਲੂਰ ਵਾਲਿਆਂ ਨੂੰ ਕੀ ਹੋਇਆ, ਅੱਜ ਸਾਰੇ ਹੀ ਸਾਗ ਬਣਾਉਣਗੇ। ਅਤੇ ਅੱਜ ਸਾਗ ਸਾਰੇ ਘਰਾਂ ਨੇ ਅੱਜ ਤੋੜ ਕੇ ਲੈ ਕੇ ਗਏ ਆਪਣੇ, ਕਿਉਂਕਿ ਆਪਣੇ ਸਾਗ ਐਤਕੀ ਪਹਿਲਾਂ ਹੋਇਆ, ਸਾਗ ਆਪਣੇ ਬਹੁਤ ਵਧੀਆ, ਅਤੇ ਸਾਰੇ ਹੀ ਅੱਜ ਸਾਗ ਬਣਾਉਣਗੇ। ਅਤੇ ਇੱਕ ਅਮਰੂਦ ਮਿਲਿਆ ਆਪਾਂ ਨੂੰ, ਅਮਰੂਦ ਤਾਂ ਕਾਫੀ ਲੱਗੇ ਆ, ਅਮਰੂਦ ਹੈਗੇ ਕੱਚੇ, ਅਤੇ ਪੱਕਦੇ ਜਾਂਦੇ ਨਾਲ ਦੀ ਨਾਲ ਖਾਈ ਜਾਂਦੇ ਹਾਂ। ਲਓ ਜੀ, ਆਪਾਂ ਜਿਹੜਾ ਕੰਮ ਕਰਕੇ ਦੇਣਾ ਸੀ ਆਪਾਂ ਸਾਗ ਲਿਆ ਤਾ, ਸਾਡੀ ਇਹ ਗੱਲ ਹੋਈ ਸੀ ਵੀ ਮੈਂ ਸਾਗ ਲਿਆ ਦੂੰ ਅਤੇ ਆਪੇ ਬਣਾਊਗੀ। ਹੁਣ ਟਾਈਮ ਦੇਖਦਾ ਮੈਂ, ਪੂਰੇ 12 ਵੱਜ ਗਏ ਅਤੇ ਆਪਾਂ ਆਪਦੇ ਵੱਲੋਂ ਕੰਮ ਕੰਪਲੀਟ ਕਰਤਾ, ਠੀਕ ਆ। ਅਤੇ ਹੁਣ ਆ ਬੈਠੀ ਆ, ਇਹ ਕਹਿੰਦੀ ਮੇਰੇ ਨਾਲ ਹੈਲਪ ਕਰਾਓ। ਹਾਂਜੀ ਚੀਰੋ, ਹਾਂਜੀ ਆ ਜਾ ਚੀਰ ਕੇ। ਨਾ ਬਾਈ, ਮੈਥੋਂ ਆ ਮੇਰੇ ਹੱਥੇ ਹੁਣ ਪੀੜੀ ਵੀ ਆਈ ਬੈਠੀ ਆ, ਅਤੇ ਕੰਮ ਇੱਧਰੋਂ ਵੀ ਰੈਡੀ ਆ, ਅਤੇ ਆ ਵੀ ਧੋ ਕੇ ਰੱਖੀ ਆ। ਹਾਂਜੀ, ਅਤੇ ਹੁਣ ਫਿਰ ਚੱਲ ਚੀਰੋ, ਚੀਰੋ ਫਿਰ। ਨਹੀਂ ਨਹੀਂ ਚੀਰਿਆ ਨਹੀਂ ਜਾਣਾ ਆਪਣੇ ਤਾਂ ਬਈ, ਬਸੋ ਬਾਹਰ ਆਪਾਂ ਤਾਂ ਹੈਗੇ ਪੈਣ ਲੱਗੇ। ਚਾਹ ਪੀਂਦੇ ਫਿਰ ਆਪਾਂ। ਮੈਂ ਬਈ ਚਾਹ ਕਿਹਾ ਸੀ ਵੀ 11 ਵਜੇ ਪਹਿਲਾਂ ਬਣਾ ਦੇ, ਤੂੰ ਚਾਹ ਨਹੀਂ ਬਣਾਈ। ਆ ਤਾਂ ਮੰਨਦੀ ਨਹੀਂ ਸਾਡੀ ਗੱਲ, ਅਸੀਂ ਕਿਉਂ ਮੰਨੀਏ ਬਈ। ਹੈਂ, ਦੱਸੋ ਬਈ ਟਾਈਮ ਆਪਣਾ 11 ਵਜੇ ਦਾ ਪੱਕਾ ਨਾ। ਜਦੋਂ ਮੈਂ ਪਹਿਲਾਂ ਆਖਿਆ ਸੀ ਵੀ ਚਾਹ ਬਣਾ ਦਿਓ, ਇਹ ਫਿਰ ਚਰਾ ਦੂੰਗਾ, ਆਂਦੀ ਨੇ ਪਹਿਲਾਂ ਚਰਾ ਫਿਰ ਚਾਹ ਬਣਾਓ, ਆਪਣਾ ਇਹ ਕੰਮ ਮਨਜ਼ੂਰ ਨਹੀਂ ਬਾਈ। ਆਪਾਂ ਲੱਗੇ ਪੈਣ ਬੈਠੀ ਰਹਿ, ਨਾ ਧਰੋ, ਆਪਾਂ ਕਿਹੜਾ ਮੰਗਾਇਆ, ਆਪਾਂ ਆ ਪਏ ਹਾਂ, ਕਰੋ। ਹਾਂ ਬੈਠੀ ਆ, 12 ਵੱਜ ਗਏ ਆ, ਆਪਾਂ ਤਾਂ ਵੀ ਆਪਦਾ ਆਨੰਦ ਨਾਲ ਲੱਗੇ ਸੌਣ, ਜਦੋਂ ਆਪਣੀ ਨਹੀਂ ਮੰਨੀ ਆਪਾਂ ਕਿਉਂ ਮੰਨੀ ਹੋਵੇ ਕਿਸੇ ਦੀ। ਚੰਗਾ ਜੀ, ਹੁਣ ਮਿਲਦੇ ਆ, ਮੈਂ ਲੱਗਾ ਸੌਣ। ਇਹ ਹੁਣ ਆ ਕੇ ਬੈਠੀ ਆ, ਪਹਿਲਾਂ ਪੂਰੀਆਂ ਮੇਰੀਆਂ ਮਿਹਨਤਾਂ ਤਰਲੇ ਕਰਕੇ ਆਈ ਆ, ਆਏ ਨਹੀਂ ਆਈ, ਆਏ ਨਹੀਂ ਮੈਂ ਸੱਚ ਆਇਆ। ਬਈ ਮੈਂ ਕਿਹਾ ਸੀ ਕੱਲ ਦਾ ਰੌਲਾ ਪਾਇਆ ਸਾਗ ਸਾਗ ਸਾਗ, ਆਪਾਂ ਉਦਣ ਦਾ ਬਣਾਇਆ, ਮੈਨੂੰ ਲੱਗਦਾ ਜਦੋਂ ਦਾ ਜੀਰੇ ਦੇ ਕੇ ਉਹਨਾਂ ਬੜਾ ਟਾਈਮ ਹੀ ਨਹੀਂ ਲੱਗਦਾ। ਅੱਜ ਵੀ ਸਾਡੇ ਕੋਲ ਅੱਜ ਦਾ ਦਿਨ ਹੀ ਫ੍ਰੀ ਸੀ, ਕੱਲ੍ਹ ਨੂੰ ਪਰਸੋਂ ਚੌਥੇ ਪੰਜਵੇਂ 5-6 ਦਿਨ ਹਫ਼ਤਾ ਅਸੀਂ ਬਿਜੀ ਪੂਰੇ ਆ, ਅੱਜ ਦਾ ਦਿਨ ਅੱਜ ਫ੍ਰੀ ਸੀ, ਅਤੇ ਉਸਤਾਦ ਜੀ ਕਹਿੰਦੇ ਵੀ ਅੱਜ ਬਣਾ ਲਈਏ ਅਤੇ 2-4 ਦਿਨ ਲੰਘ ਜਾਣਗੇ। ਆਪਦਾ ਲਾਲਚ ਸੀ ਬਾਈ ਵੀ 2-4 ਦਿਨ ਮੈਨੂੰ ਸਬਜ਼ੀ ਨਾ ਬਣਾਉਣੀ ਪਊਗੀ, ਇਹੀ ਗੱਲ ਸੀ। ਹਾਂਜੀ, ਵਿਆਹ ਆਉਂਦਾ ਜਾਂਦਾ ਨਾ ਨੇੜੇ, ਫਿਰ ਤਿਆਰੀਆਂ ਫਿਰ ਤੁਹਾਨੂੰ ਪਤਾ ਹੀ ਆ, 3-4 ਦਿਨ ਪਹਿਲਾਂ। ਹੁਣ ਕਹਿੰਦੀ ਵੀ ਚਲੋ ਥੋੜ੍ਹਾ ਜਿਹਾ ਸਾਗ ਚਰਾ ਦਿਓ ਅਤੇ ਫਿਰ ਮੈਂ ਚਾਹ ਬਣਾਉਂਦੀ ਹਾਂ, ਦੇਖਦੇ ਹਾਂ ਬਾਈ ਥੋੜ੍ਹਾ ਜਿਹਾ ਚੀਰ ਕੇ ਬਣਾਉਂਦੀ ਆ ਕਿ ਨਹੀਂ ਬਣਾਉਂਦੀ। ਨਹੀਂ, ਮੈਂ ਵਿੱਚੇ ਛੱਡ ਦੇਣਾ। ਨਹੀਂ ਨਹੀਂ ਬਣਾਉਂਦੇ, ਤੁਸੀਂ ਜ਼ਰੂਰ ਚਰਾਓ ਸਾਗ, ਸਾਨੂੰ ਤਾਂ ਚੀਰਦਾ ਹੀ ਹੁੰਦਾ ਸਾਡੇ ਕੋਲ। ਆਪਣੇ ਵਾਸਤੇ ਸਪੈਸ਼ਲ ਲਿਆਉਂਦੀ ਸੀ ਉਦਣ, ਐਵੇਂ ਨਹੀਂ ਮੈਂ ਵੀ ਆਖਿਆ ਵੀ ਉਦਣ ਕਾਹਤੋਂ ਲਈਏ ਪੀੜੀ, ਇਹਨਾਂ ਨਹੀਂ ਪਤਾ ਵੀ ਮੇਰੇ ਵਾਸਤੇ ਲੈ ਕੇ ਆਈ ਆ। ਹਾਂਜੀ, ਤੇਰੇ ਵਾਸਤੇ ਇੰਨਾ ਧਿਆਨ ਰੱਖਦੀ ਆ, ਧਿਆਨ ਨਹੀਂ ਰੱਖਦੀ, ਆਪਦਾ ਕੰਮ ਕਰਾਉਣਾ ਹੁੰਦਾ, ਮੇਰਾ ਧਿਆਨ ਕੌਣ ਰੱਖਦਾ, ਇਹ ਆਪਦਾ ਕੰਮ ਕਰਾਉਣਾ ਵੀ ਹਾਂ ਸਾਗ ਚੀਰਨਾ, ਕਿਉਂਕਿ ਮੈਨੂੰ ਇੱਥੇ ਚੀਰਨਾ ਔਖਾ ਸੀ, ਚਲਾਉਣਾ ਜਿਹਾ ਔਖਾ ਲੱਗਦਾ ਸੀ ਮੈਨੂੰ। ਤੇ ਵਧੀਆ ਬਹਿ ਕੇ ਤਾਂ ਚੀਰੂੰਗੇ ਨਾ ਅੱਜ, ਮੈਂ ਕਹਿੰਦਾ ਚੀਰਿਆ ਚੂਰਿਆ ਨਹੀਂ ਸੀ, ਆ ਉਸਤਾਦ ਨੇ ਚੀਰਨ ਲਾਤਾ ਮੈਨੂੰ। ਤੇ ਚੱਲ ਕੋਈ ਨਾ, ਘੁਕਾਉਣਾ ਹੀ ਆ ਤੁਸੀਂ ਕੀ ਦਾਤ ਨਾ ਚੀਰਨੇ, ਤੇ ਤੂੰ ਘੁਮਾ ਲਾ ਫਿਰ, ਕੱਲੀ ਮਸ਼ੀਨ ਹੀ ਕੱਲੀ ਘੁਮਾ ਲਾ,
ਕਮਾ ਚੱਲ ਕੱਲੀ ਇਹ ਦੋ ਤੂੰ ਐ ਕਰ ਇੱਕ ਹੱਥ ਨਾਲ ਕਮਾ ਤੇ ਇੱਕ ਹੱਥ ਨਾਲ ਰੁਗਲਾ ਨਹੀਂ ਮਸ਼ੀਨ ਤੇ ਦੋ ਜਾਂਦੇ ਤੇ ਕੁਤਰੇ ਆਏ ਕਿਵੇਂ ਕੁਤਰੇ ਜਾਂਦਾ ਤੂੰ ਹੁਣੇ ਕਹਿ ਵੀ ਇਹਦਾ ਕਿਹੜਾ ਜ਼ੋਰ ਲੱਗਦਾ ਤੇਰਾ ਕਹਿੰਦੀ ਆ ਹਾਂ ਤੇ ਮੇਰਾ ਤਾਂ ਕਰਾ ਦਿੰਦੇ ਆ ਇਹਦਾ ਕਿਹੜਾ ਜ਼ੋਰ ਲੱਗਣਾ ਮੈਂ ਸੌਣਾ ਮੈਨੂੰ ਨੀਂਦ ਆਉਂਦੀ ਆ ਤੇ ਕੋਈ ਨਾ ਸੌਂ ਜੇ ਸਾਰਾ ਮੈਨੂੰ ਚਾਹ ਨਹੀਂ ਪਈ ਮੈਂ ਤਾਂ ਗੁੱਸੇ ਆ ਮੈਂ ਵੀ ਗੁੱਸੇ ਹਾਂ ਤੇ ਚਾਹ ਹੀ ਪਈ ਦੀ ਨਿੱਤ ਪਈ ਦੀ ਅੱਜ ਨਹੀਂ ਪਈ ਤੇ ਅੱਜ ਹੀ ਪਿਉਂਦੇ ਆ ਹੁਣ ਇਧਰਲਾ ਕੰਮ ਤਾਂ ਪਹਿਲਾਂ ਮੈਂ ਕਰ ਲਈਏ ਸਾਗ ਦਾ ਹੀ ਚਲੋ ਜੀ ਕਰਾ ਦਿਆਂ ਚੱਲ ਹੈਲਪ ਚੱਲ ਕੋਈ ਗੱਲ ਨਹੀਂ ਮੈਨੂੰ ਤਾਂ ਫਿਰ ਵੀ ਤਰਸ ਆ ਜਾਂਦਾ ਚੱਲ ਬਾਈ ਗੇੜਾ ਰੱਖ ਪੈਰ ਚਾੜਤਾ ਨਵਾਂ ਪਤੀਲਾ ਹਾਂਜੀ ਲਓ ਜੀ ਅੱਜ ਤਾਂ ਨਵਾਂ ਪਤੀਲਾ ਚਾੜਤਾ ਉਸਤਾਦ ਨੇ ਘੈਂਟ ਗੱਲਬਾਤ ਪੂਰੀ ਘੈਂਟ ਅੱਜ ਨਵੇਂ ਜੀ ਸਾਗ ਬਣੂ ਆਹ ਵੇਖ ਲਓ ਵੀ ਸਾਗ ਤਾਂ ਮੇਰੇ ਤੋਂ ਚੁਰਾ ਲਿਆ ਤੇ ਚਾਹ ਹਜੇ ਨਹੀਂ ਬਣਾਈ ਧਰੀ ਆ ਅੰਦਰ ਧਰਿਆ ਜੀ ਹਾਂਜੀ ਪੱਕੀ ਗੱਲ ਹਾਂਜੀ ਹਾਂ ਦੁੱਧ ਹੀ ਪਾਉਣ ਜਾ ਕੇ ਫਿਰ ਠੀਕ ਆ ਮਾਤਾ ਹਾਂ ਬਸ ਆ ਰਹੀ 5 ਮਿੰਟ ਚ ਅਜੇ ਵੇਖ ਲਓ ਵੀ ਅੱਧਾ ਸਾਗ ਕਿਆ ਸੀ ਮੈਂ ਸਾਰਾ ਹੀ ਚੁਰਾਤਾ ਪਤੀਲਾ ਵੀ ਚਾੜਦਾ ਤੇ ਹੁਣ ਚਾਹ ਪੀ ਲਈਏ ਲਿਆਓ ਚਾਹ ਓਕੇ ਲਓ ਜੀ ਚਾਹ ਲੈ ਆਈ ਆ ਹੁਣ ਉਸਤਾਦ ਥੈਂਕ ਯੂ ਉਸਤਾਦ ਖਿੱਚਦੇ ਕੰਮ ਅਤੇ ਬਈ ਸਾਰਿਆਂ ਦਾ ਦਿਲੋਂ ਧੰਨਵਾਦ ਜਿਹੜੇ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਹੋ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜਿਹੜੇ ਪਿਆਰ ਦੇ ਸਦਕਾ ਆਪਣਾ ਚੈਨਲ ਗਰੋ ਕਰ ਰਿਹਾ ਸਾਰਿਆਂ ਦਾ ਦਿਲੋਂ ਧੰਨਵਾਦ ਅਤੇ ਸਪੋਰਟ ਵੱਧ ਤੋਂ ਵੱਧ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੇ ਨਹੀਂ ਕਰਦੇ ਉਹ ਵੀ ਜ਼ਰੂਰ ਕਰਿਆ ਕਰੋ ਅਤੇ ਵੱਧ ਤੋਂ ਵੱਧ ਸਪੋਰਟ ਕਰਿਓ ਚਾਹ ਪੀ ਲਈਏ ਅਤੇ ਫਿਰ ਮਿਲਦੇ ਹਾਂ। ਹਾਂਜੀ ਹਾਂਜੀ ਟਾਈਮ 4:45 ਹੋ ਗਏ। ਹੈਲੋ ਖੁਸ਼ ਕਿਵੇਂ ਹੋ? ਹੈਲੋ ਫਰੈਂਡਸ ਠੀਕ ਹੋ? ਇਹ ਕਿਹੜਾ ਕੰਮ ਆ ਤੇਰਾ? ਬੈਗ ਆ ਪਏ ਪੜਨ ਵਾਲੇ, ਜਿਹੜੀ ਚੀਜ਼ ਪੜਨੀ ਆ ਉਹ ਤਾਂ ਪੜਦੀ ਨਹੀਂ। ਕੱਲ ਨੂੰ ਪੜਾਂ। ਕੱਲ ਨੂੰ ਕੀ ਆ? ਸੰਡੇ। ਕੱਲ ਨੂੰ ਸੰਡੇ ਹੈ। ਕੱਲ ਨੂੰ ਪੜਾਂਗੇ ਲਿਖਾਂਗੇ। ਤੇ ਅੱਜ? ਅੱਜ ਇਹ ਵੀ ਸਾਡਾ ਪੁੱਤ ਮੋਬਾਈਲ ਜ਼ਿਆਦਾ ਵੇਖਦਾ, ਦਿਲਪ੍ਰੀਤ ਘੱਟ ਦੇਂਦਾ ਤੇ ਖੁਸ਼ ਜ਼ਿਆਦਾ ਵੇਖਦਾ। ਤੇ ਹੁਣ ਹੋ ਗਿਆ ਗੁਰੂ ਘਰ ਦਾ ਟਾਈਮ। ਕਿਵੇਂ ਹੋ? ਹੈਲੋ ਫਰੈਂਡਸ ਕਿਵੇਂ ਸਾਰੇ ਠੀਕ? ਇਹ ਬੰਦਾ ਸਾਡਾ ਪੜਨ ਵਾਲਾ ਹੀ ਪੜੀ ਜਾਂਦਾ। ਪੜੀ ਜਾਂਦਾ? ਹਾਂਜੀ। ਤੇ ਸਾਗ ਜੀ ਆਪਣਾ ਕੰਮ ਚੱਲੀ ਜਾਂਦਾ, ਅੱਗ ਪੂਰੀ ਮੱਚੀ ਜਾਂਦੀ ਆ। ਅਜੇ ਲਾਊਗਾ ਉਸਤਾਦ ਸਾਡਾ ਅੱਧਾ ਘੰਟਾ ਹੋਰ, ਸੂਰਜ ਦਾ ਗਿਆ ਸ਼ਾਇਦ ਤਾਂ ਪੂਰੀ ਤਰ੍ਹਾਂ ਨਹੀਂ ਤਾਂ 12:30 ਦਾ ਤਰਿਆ ਐਨ ਵਧੀਆ, ਇੱਕ ਨੰਬਰ ਬਣਾਉਂਦੀ ਮਲਾਈ ਵਾਲਾ। ਕਿਵੇਂ ਹੋ? ਅਜੇ ਸਾਗ ਚੱਲੀ ਜਾਂਦਾ ਕੰਮ? 4:45 ਹੋ ਗਏ, ਅਜੇ ਲੱਗੂ ਅੱਧਾ ਘੰਟਾ। ਅੱਧਾ ਪੌਣਾ ਘੰਟਾ ਲੱਗੂ ਉਸਤਾਦ, ਫਿਰ ਪਾਉਣਾ ਉਹ ਆਟਾ ਜਿਹਾ ਵਿੱਚ ਆਲਣ। ਤੇ ਮੈਂ ਤਾਂ ਹੁਣ ਚੱਲਦਾ ਗੁਰੂ ਘਰ। ਹਾਂ ਉਹ ਮੈਂ ਲੈ ਆਉਂਦਾ ਜਾ ਕੇ, ਤਾਂ ਹੀ ਥੋੜ੍ਹਾ ਪਹਿਲਾਂ ਚੱਲਿਆ, ਨਾਲੇ ਤਾਂ ਹੋਟਲ ਤੋਂ ਲੈ ਆਉਂਦਾ, ਫਿਰ ਮੈਂ ਗੁਰੂ ਘਰ ਜਾ ਕੇ ਫਿਰ ਆਉਂਦਾ। ਠੀਕ ਆ, ਤੇ ਹੁਣ ਚੱਲਦੇ ਹਾਂ ਜੀ। ਹਾਂਜੀ ਉਸਤਾਦ ਹੋ ਗਿਆ ਸਾਗ ਰੈਡੀ? ਹਾਂਜੀ। ਕਿੰਨੇ ਵਜੇ ਲਾਇਆ ਫਿਰ? 6 ਵਜੇ। ਹਾਂਜੀ 15-20 ਮਿੰਟ ਹੀ ਹੋਏ ਆ, 6:15 ਹੋ ਗਏ ਹੁਣ। ਮਲਾਈ ਵਰਗਾ ਬਣਿਆ ਪਿਆ, ਬੜਾ ਟੇਸਟੀ। ਲਓ ਬਈ ਅਸੀਂ 6 ਵਜੇ ਲਾਇਆ, 12:30 ਧਰ ਕੇ ਇੰਨਾ ਸਾਗ ਰਹਿੰਦੇ ਆ। ਦੱਸਿਓ ਕੌਣ ਇੰਨਾ ਟਾਈਮ ਸਾਗ ਰਹਿੰਦਾ ਫਿਰ ਖਾਂਦਾ? ਨਹੀਂ ਤਾਂ ਕਈ ਮੈਂ ਇੱਥੇ ਦੇਖੇ ਸ਼ਾਮ ਜੀ ਨੂੰ ਧਰਦੇ 4 ਵਜੇ 6 ਵਜੇ ਲਾ ਲੈਂਦੇ ਆ, ਤੇ ਆ ਮੱਖਣ ਵੀ ਲਿਆਂਦਾ ਨਾਲ ਹੀ, ਮੱਖਣ ਹੀ ਪੂਰਾ ਟੇਸਟੀ ਆ। ਲਓ ਜੀ ਪਾਈਏ ਰੋਟੀ ਖਾਈਏ। ਹਾਂਜੀ ਬੜਾ ਜੀ ਕਰੀ ਜਾਂਦਾ, ਅੱਜ ਤਾਂ ਰੋਟੀਆਂ ਮੈਂ 10-12 ਖਾ ਜਾਣੀਆਂ, ਖਿੱਚੀ ਆ ਕੰਮ ਨੂੰ। ਬੱਚੇ ਤਾਂ ਖਾਈ ਜਾਂਦੇ ਪੂਰਾ ਟੇਸਟੀ। ਅੱਛਾ ਖੁਸ਼ ਕਿਵੇਂ? ਵਧੀਆ। ਓਕੇ ਦੀ ਰਿਪੋਰਟ? ਹਾਂਜੀ। ਚਲੋ ਖਾ ਲਓ ਖਾ ਲਓ, ਤੇ ਲਿਆਓ ਬਈ ਮੂਲੀ ਚੀਰ ਕੇ ਤੇ ਖਾਈਏ ਰੋਟੀ, ਤੇ ਫਿਰ ਤੁਹਾਨੂੰ ਮਿਲਦੇ ਹਾਂ। ਮੈਂ ਨਾ ਪੂਰੀ ਘੈਂਟ ਗੱਲਬਾਤ ਆ, ਕਿਆ ਬਾਤਾਂ ਜੀ, ਸਾਗ ਮੱਕੀ ਦੀ ਰੋਟੀ ਮੱਖਣ ਤੇ ਮੂਲੀ ਤੇ ਨਾਲ ਹਰੀ ਮਿਰਚ
ਚਲੋ ਜੀ ਹੁਣ ਮੈਂ ਤਾਂ ਆਨੰਦ ਲੈਣਾ, ਮੈਂ ਵੀਡੀਓ ਨਹੀਂ ਬਣਾਉਣੀ। ਹਾਂਜੀ ਪਾਪਾ ਹੁਣ ਸੇਵਾ ਕਰੀ ਜਾਂਦੇ ਆ, ਕਰੀ ਜਾਂਦੇ ਹੋ? ਹਾਂਜੀ ਗਲੀ ਵੇਦੀ ਸੰਗਤ ਤਾਂ ਲੰਘੂਗੀ, ਪਾਲਕੀ ਸਾਹਿਬ ਉੱਧਰ ਦੀ ਮੈਂ ਦੀ ਸੰਗਤ ਆਇਆ ਲੰਘਦੀ ਆ ਨਾ, ਨਾਲੇ ਸੋਹਣੀ ਬਣ ਜੂਗੀ ਹਵਾ ਚ ਤੇ ਪੱਤੇ ਪੱਤੇ ਵੱਢਦੇ। ਹਾਂਜੀ ਨਾਲੇ ਊਂ ਵੀ ਸਾਫ ਲੱਗੂ, ਸੋਹਣੀ ਲੱਗੂ। ਹਾਂਜੀ ਲਓ ਜੀ ਆ ਮੈਨੂੰ ਵੇਖ ਕੇ ਆ ਗਏ ਸੇਵਾਦਾਰ। ਹੋਰ ਮਣੀ ਕਿਵੇਂ? ਆ ਦੇਵ ਵੀ ਸਾਡਾ ਗਵਾਂਢੀ ਕਹਿੰਦਾ ਬਾਈ ਮੈਂ ਵੀ ਲੱਗਦਾ ਲੈ ਕੇ ਆ ਗਿਆ ਕਈ। ਕਿਵੇਂ ਦੇਵ, ਸੈੱਟ ਕੰਮ? ਚੰਗੀ ਗੱਲ ਆ ਨਾ ਸਫਾਈ ਕਰਨੀ, ਵਾਹ ਵਾਹ ਗੰਦ ਜਿਹਾ ਪਿਆ ਪਿਆ ਸੀਗਾ, ਖਿੱਚਦੇ ਹੁਣ ਕੰਮ ਵਧੀਆ ਬਣਾ ਦਿਓ ਗਲੀ ਉੱਥੋਂ ਤੱਕ। ਅੱਜ ਸਾਡਾ ਦਿਲਪ੍ਰੀਤ ਵੀ ਲੱਗਾ ਪਿਆ ਕਰਦੇ ਸਫਾਈਆਂ, ਜਰਾ ਢੇਰੀਆਂ ਲਾਈ ਜਾਂਦੇ ਮੁੰਡੇ ਮਗਰ। ਸੋਹਣੀ ਗਲੀ ਬਣ ਗਈ ਕਿ ਨਹੀਂ? ਹਾਂ ਪੰਮਿਆ ਕਿਵੇਂ ਆ, ਆ ਜਾ ਕਰਦੇ ਸੇਵਾ ਤੂੰ ਵੀ। ਚੱਲ ਹੁਣ ਤੂੰ ਬਹੁ ਘਰੇ ਨਾ ਬੰਨੀ ਜਾ, ਝਾੜੂ ਮਾਰ ਬਣਾ ਦਿਓ ਸੋਹਣਾ ਉਹ ਖੂਹ ਤੱਕ। ਗਲੀ ਇੰਨੇ ਬਹਾਨੇ ਨਾਲ ਨੀ, ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਤਾਂ ਉਧਰ ਦੀ ਲੰਘਣੀ ਆ, ਉਹ ਸਾਹਮਣੇ ਗਲੀ, ਪਰ ਐਂ ਦੀ ਸੰਗਤ ਐਂ ਲੰਘਦੀ ਆ ਨਾ, ਸੰਗਤ ਵੇਖਿਓ ਐਂ ਨੀ ਲੰਘੂਗੀ ਸਾਰੀ, ਪਾਲਕੀ ਸਾਹਿਬ ਉਧਰ ਦੀ ਲੰਘੂਗੀ, ਸੰਗਤ ਐਂ ਦੀ ਲੰਘਦੀ ਕਿਉਂਕਿ ਉਹ ਗਲੀ ਭੀੜੀ ਆ। ਚਲੋ ਕਰ ਦਿੰਦੇ ਸਫਾਈ ਹੁਣ, ਦੇਵ ਇਹਦੇ ਨਾਲ ਗੱਲਾਂ ਨਾ ਮਾਰ, ਲੱਦਾ ਫਿਰ ਵੀ ਢੇਰੀਆਂ ਲੱਦ ਰੇੜੀ ਦੇ ਕਰਾਂ, ਇਹਦਾ ਇਹਨਾਂ ਦਾ ਗੱਲਾਂ ਹੀ ਸੁਣਾਈ ਜਾਣੀਆਂ ਪੰਮਾ ਸਾਡੇ ਨੇ ਤਾਂ। ਆਹ ਢੇਰੀਆਂ ਚੱਕਦੇ ਸਾਰੀ ਗਲੀ ਬਣ ਗਈ ਨਾ ਇੱਕ ਨੰਬਰ, ਆਉਂਦਾ ਨਜ਼ਾਰਾ ਮਣੀ। ਚਲੋ ਵੀ ਲੱਦ ਦਿਓ ਕਰਾਂ, ਆ ਵੇਖ ਲਓ ਗਲੀ ਬਣ ਗਈ ਐਨ ਪੂਰੀ ਸਾਫ, ਕਲੀਨ ਅਪ ਕਰਤੀ ਸਾਰੀਆਂ ਢੇਰੀਆਂ ਚੱਕਤੀਆਂ, ਝਾੜੂ ਝੁੜੂ ਮਾਰ ਕੇ ਕੰਮ ਓਕੇ ਕਰਤਾ, ਹੁਣ ਸੋਹਣਾ ਲੱਗਦਾ। ਮੈਂ ਕੀ ਕਹਿੰਦਾ ਸਾਹਿਬ ਇੰਨੇ ਬਹਾਨੇ ਨਾਲ ਹੈ ਨਾ ਸਾਰਾ ਕੰਮ ਚਲੋ ਹੋ ਜਾਂਦਾ, ਨਗਰ ਕੀਰਤਨ ਦੇ ਨਾਲ ਆਉਣ ਨਾਲ ਸਾਰੇ ਲੋਕ ਗਲੀਆਂ ਦੀ ਸਫਾਈ ਕਰ ਦਿੰਦੇ ਆ ਅਤੇ ਸੋਹਣਾ ਲੱਗਦਾ, ਨਾਲੇ ਗਲੀਆਂ ਸੋਹਣੀਆਂ ਹੋ ਜਾਂਦੀਆਂ, ਨਾਲੇ ਗੁਰੂ ਸਾਹਿਬ ਦਾ ਸਤਿਕਾਰ ਹੋ ਜਾਂਦਾ। ਹਾਂ ਇੰਨੇ ਨਾਲ ਸਾਲ ਬਾਅਦ ਕਿਤੇ ਸਾਰੇ ਲੋਕ ਲੱਗਦੇ ਆ ਅਤੇ ਉਹ ਵੀ ਸਾਫ਼ ਸਫਾਈ ਹੋ ਜਾਂਦੀ ਆ, ਸੋਹਣਾ ਲੱਗਦਾ ਪਿੰਡ ਵਧੀਆ ਲੱਗਦਾ। ਹੋਰ ਉਸਤਾਦ ਸਾਰੀ ਗਲੀ ਕੰਪਲੀਟ ਕਰਦੀ ਆ ਤੇ ਰੋਟੀ ਪਾਣੀ ਆਪਾਂ ਹੁਣ ਖਾ ਲਿਆ, ਟਾਈਮ 11 ਵੱਜ ਗਏ ਆ। ਹਾਂਜੀ ਕੀ ਬਣੀ ਜਾਂਦਾ ਅੱਜ, ਖਲਾਰਾ ਪਾਈ ਬੈਠੀ ਆ ਹੈ। ਆਹ ਦਿਲਪ੍ਰੀਤ ਨੇ ਤਾਂ ਪੂਰੀ ਹੈਲਪ ਕਰਾਈ ਆਪਣੇ ਤੇ, ਖੁਸ਼ ਨਹੀਂ? ਖੁਸ਼ ਕਿਵੇਂ? ਖੁਸ਼ ਵਿਚਾਰੀ ਤਾੜਨ ਬਣਾਉਂਦੀ ਪਈ ਹੈ, ਕਾਪੀਆਂ ਬਣਾਉਂਦੀਆਂ ਬਣਦੀਆਂ ਨਹੀਂ ਪਈਆਂ। ਕਿਉਂ? ਇਹ ਅੱਜ ਡਰਾਇੰਗ ਮਾਸਟਰ ਬਣੀ ਆ, ਕੁਛ ਬਣਾਉਂਦੀਆਂ ਪਈਆਂ ਡਰਾਇੰਗ ਦਾ ਅਤੇ ਖੁਸ਼ ਦੀ ਅੱਜ ਹੋਰ ਵੀ ਆ ਡਿਮਾਂਡ ਅਤੇ ਉਹ ਵੀ ਪੂਰੀ ਕਰਨੀ ਪੈਣੀ ਆ। ਅੱਜ ਤੜਕੇ ਦੀ ਵੀਰੀ ਬੈਠੀ ਆ, ਉਹ ਤੁਹਾਨੂੰ ਫਿਰ ਦੱਸਦੇ ਹਾਂ। ਅੱਜ ਜਾਣਾ ਸ਼ਹਿਰ ਅਤੇ ਪਹਿਲਾਂ ਨਗਰ ਕੀਰਤਨ ਦੇ ਵੀ ਦਰਸ਼ਨ ਕਰਾਵਾਂਗੇ, ਮੱਥਾ ਟੇਕ ਕੇ ਫਿਰ ਚੱਲਾਂਗੇ 1-2 ਵਜੇ। ਠੀਕ ਆ ਖੁਸ਼? ਹਾਂਜੀ 1-2 ਵਜੇ ਚੱਲਾਂਗੇ। ਠੀਕ ਆ, 1-2 ਕੰਮ ਆ ਅਤੇ ਬਣੇ ਰਹੋ ਵੀਡੀਓ ਦੇ ਨਾਲ ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਖੁਸ਼ ਲਓ ਜੀ, ਖੁਸ਼ ਨੇ ਇੱਕ ਚੀਜ਼ ਬਣਾਈ ਆ, ਸੁਬਾਹ ਤੋਂ ਲੈ ਕੇ ਹੁਣ ਤੱਕ ਮਿਹਨਤ ਕੀਤੀ ਹੈ, ਦੇਖਦੇ ਹਾਂ ਨਾਲੇ ਤੁਹਾਨੂੰ ਦਿਖਾਉਣਾ। ਲਿਆਓ ਜੀ, ਡੈਰੀ ਆ, ਡੈਰੀ ਮਾਈ ਬੈਸਟ ਫਰੈਂਡ। ਅੱਛਾ ਲਓ ਜੀ ਡੈਰੀ ਬਣਾ ਲਈ ਪੁੱਤ ਨੇ, ਇਹ ਕਿਵੇਂ ਬਣਾਈ ਵੀ? ਇਹ ਨਾ ਮਿਹਨਤ ਬੜੀ ਲੱਗੀ ਆ, ਫੋਨ ਤੋਂ ਵੇਖ। ਅੱਛਾ ਬਹੁਤ ਮਿਹਨਤ ਕੀਤੀ ਆ, ਹੋਰ ਸੁਬਾਹ ਦੀ ਲੱਗੀ ਆ ਤੇ ਹੁਣ ਡੈਰੀ ਇਹਦੀ ਆ ਸਟਾਰ ਲਾਤੇ ਹੈ, ਜਲਤ ਬਣਾਤੀ, ਹਜੇ ਹੋਰ ਸਮਾਈਲ ਲਾਉਣੀ ਆ। ਅੱਛਾ ਹੋਰ ਕਲਰ ਦੀ ਲਾਈ ਹੁਣ, ਚੰਗਾ ਜੋ ਲਾ ਲਓ ਵੀ, ਬਹੁਤ ਵਧੀਆ, ਵੈਰੀ ਗੁੱਡ। ਬਲੈਕ ਕਲਰ ਦੀ ਲਾਉ ਨਹੀਂ, ਹੋਰ ਜਿਹੜੀ ਤੇਰਾ ਜੀ ਕਰਦਾ ਲਾ। ਠੀਕ ਆ ਚੱਲ ਜਾ ਬੜਾ, ਕਿਵੇਂ ਦਲਪ੍ਰੀਤ ਕਹਿੰਦੀ ਸੀ ਬਣਨੀ ਨਹੀਂ, ਮੈਂ ਬਣਾਤੀ। ਚੱਲ ਵੈਰੀ ਗੁੱਡ ਜੋਬ, ਚੱਲ ਹੋ ਗਏ ਰੈਡੀ, ਨਗਰ ਕੇ ਤਾਂ ਨੇੜੇ ਆ ਗਿਆ। ਲਓ ਜੀ ਦਿਲਪ੍ਰੀਤ ਹੋ ਗਿਆ ਨਹਾ ਕੇ ਪੂਰਾ ਰੈਡੀ ਹੈ। ਚਲੋ ਇੱਧਰ ਜੀ, ਹਾਂਜੀ ਹੋ ਗਿਆ ਰੈਡੀ, ਹਾਂਜੀ ਖੁਸ਼ ਵੀ ਵਾਲ ਵਹਾਉਣ ਲੱਗ ਪਿਆ।
ਤਿਆਰੀਆਂ ਪੂਰੀਆਂ ਧਰਮਸ਼ਾਲਾ ਚੋਂ ਤੇ ਹੁਣ ਆਪਾਂ ਚੱਲਦੇ ਕਿਵੇਂ ਰੈਡੀ ਹੋ ਹਾਂਜੀ ਚਲੋ ਵੀ ਆ ਜਾਓ ਨਿਕਲਦੇ ਆ ਨਗਰ ਕੀਰਤਨ ਦੇ ਮੱਥਾ ਟੇਕ ਲਿਆ ਚੱਲੀਏ ਦਿਲ ਓਕੇ ਆ ਕੀ ਹੋ ਗਿਆ ਚਲੋ ਜੀ ਹੁਣ ਆਪਾਂ ਨਿਕਲਦੇ ਆ ਕਿਹੜੀਆਂ ਲੈਣੀਆਂ ਖੁਸ਼ ਆਹ ਕਿਆ ਕਿਆ ਗੋਲ ਵਾਲੀਆਂ ਖੁਸ਼ ਦੀ ਪਸੰਦ ਆ ਖੁਸ਼ ਕਿਹੜੀਆਂ ਫਿਰ ਆਹ ਚਲੋ ਖੁਸ਼ ਨੂੰ ਦਵਾ ਦੇ ਵੀ ਉਹਦੇ ਖੁਸ਼ ਦੇ ਭਾਂਡੇ ਹੈ ਖੁਸ਼ ਹੈ ਇੱਧਰ ਇੱਧਰ ਜੀ ਜਨਾਬ ਜੀ ਆਹ ਪਏ ਥੱਲੇ ਬਿਸਕਿਟ ਹਾਂਜੀ ਸੰਘ ਆਉਂਦੀ ਹੁਣ ਚੱਕਦੇ ਨੀ ਖੁਸ਼ ਦੇਖ ਇੱਧਰ ਟਰਾਈ ਕਰੋ ਆ ਲੈ ਲਾ ਜੀ ਦੋ ਹੋਰ ਇੱਕ ਹੋਰ ਲੈ ਲਾ ਇਹ ਲੈ ਲਾ ਇਹ ਵੀ ਲੈਣੇ ਅਲੱਗ ਅਲੱਗ ਫਲੇਵਰ ਲੈ ਲਓ ਆ ਵੀ ਠੀਕ ਆ ਪਾਰਟੀ ਗਿਆ ਇਹ ਚੱਲ ਕੋਈ ਗੱਲ ਨਹੀਂ ਆ ਕਿਹੜੇ ਹੋ ਗਏ ਹਾਂ ਉਹ ਹੈਗੇ ਗ੍ਰੀਨ ਹੋਰ ਇਹ ਰਹਿਣ ਦੇ ਪਿਆ ਰਹਿਣ ਦੇ ਆਵੇ ਸਾਈਡ 'ਤੇ ਪਏ ਹੌਲੀ ਚੱਲ
ਕਿੰਨੇ ਹੋ ਗਏ? 3। ਚੱਲ ਉੱਥੇ ਰੱਖਿਆ। ਕੀ ਇਹ ਦਿਖਾ, ਕੀ ਹੁੰਦਾ ਇਹਦੇ ਚ? ਚਲੋ ਦੇਖੋ ਦੇਖੋ ਕੀ ਲੈਣਾ, ਫਿਰ ਚੱਲੀਏ ਆਪਾਂ। ਡਰ ਤੂੰ ਲੈ ਲਿਆ ਜਿਹੜਾ ਤਾਂ ਕੋਈ ਲੈਣਾ ਸੀ, ਲੈ ਜੀ ਖੁਸ਼ ਸਾਡੇ ਨਾਲ ਲੈ ਲਿਆ ਜਿਹੜਾ ਕੁਛ ਲੈਣਾ ਸੀ। ਹੁਣ ਸਾਡੀ ਵਾਰੀ ਸਰਵਿਸ ਕਰਾ ਲਈਏ, ਫਿਰ ਮੋਟਰਸਾਈਕਲ ਦੀ ਸਰਵਿਸ ਕਰਾ ਲਈਏ। ਲੈ ਲਾ ਦਰਪੀਤ, ਦਰਪੀਤ ਸਾਡੀ ਗੁੱਸੇ ਜਿਹੀ ਲੱਗਦੀ ਆ, ਵਾਲ ਜਿਹੀ ਖਲਾਰੀ ਬੈਠੀ ਆ। ਖੁਸ਼ ਸਾਡਾ ਖੁਸ਼ ਆ ਪੂਰਾ, ਹੈ ਖੁਸ਼। ਚਲੋ ਬਾਈ ਫਿਰ ਆਪਾਂ ਖਾਣੇ ਪੀਣੇ, ਠੀਕ ਆ? ਕਿਉਂ ਕੀ ਕਹੂਗੀ? ਇਹਦੀ ਹੈਗੀ ਸੀ ਪਲਾਸਟਿਕ ਵਾਲੀ ਡੱਬੀ, ਦਿਖਾਈ ਉਰੇ ਆਹ ਡੱਬੀ ਵਾਲਾ ਟਿਫਨ ਸੀ ਇਹ। ਜਦੋਂ ਓਵਨ ਚ ਫਿਰ ਆਹ ਚੀਜ਼ ਹੀਟ ਨਹੀਂ ਨਾ ਚਾਹੀਦੀ, ਸਟੀਲ ਦੀ ਚਾਹੀਦੀ ਸੀ। ਹੁਣ ਇਹ ਜਾਣੀ ਸਟੀਲ ਵਾਲੀਆਂ ਡੱਬੀਆਂ ਲੈ ਕੇ ਆਈ ਆ ਦੁਕਾਨ ਤੋਂ, ਜਿਹੜੀਆਂ ਤੁਹਾਨੂੰ ਵੀਡੀਓ 'ਚ ਦਿਖਾਈਆਂ। ਅਤੇ ਆ ਬਿਸਕੁਟਾਂ ਦਾ ਭਰਪੂਰ ਹੀ ਮਾਲ ਲੈ ਕੇ ਆਈ ਆ ਖੁਸ਼। ਅਤੇ ਫਿਰ ਇਕੱਲਿਆਂ ਨੇ ਲੈ ਕੇ ਆਉਣੇ ਸੀ? ਹੈਂ, ਇਹਨਾਂ ਨੂੰ ਲਿਜਾਣਾ ਹੀ ਨਹੀਂ ਸੀ, ਇਹਨਾਂ ਨੂੰ ਮੈਂ ਲੈ ਕੇ ਨਹੀਂ ਜਾਣਾ, ਇਹਦਾ ਖਰਚਾ ਬਹੁਤ ਕਰਾਉਂਦੀਆਂ। ਨਹੀਂ ਦਿਲਪ੍ਰੀਤ ਸਹੀ ਆ, ਦਰਪ੍ਰੀਤ ਸਿਆਣੀ ਆ ਬਈ, ਇਹਨੇ ਕੁਛ ਨਹੀਂ, ਸਾਡਾ ਖੁਸ਼ ਹੀ ਖਰਾਬ ਕਰਦਾ। ਹਾਂ ਖੁਸ਼, ਹੁਣ ਹੈ ਨਹੀਂ ਵਿੱਚ ਉਹਦੇ ਕੁਛ, ਸਾਰਾ ਲੈ ਜਾਂਦਾ ਕੱਢ ਕੇ। ਅਤੇ ਆ ਤੇਰੇ ਵਾਸਤੇ ਕੁਲਚਾ ਕੱਢ ਲਾ। ਓਕੇ ਜੀ, ਥੈਂਕ ਯੂ। ਉਸਤਾਦ ਸਾਡਾ ਕਹਿੰਦਾ ਵੀ ਕੁਲਚਾ ਲਿਆ ਦਿਓ, ਕੁਲਚੇ ਦੇ ਅਸੀਂ ਫੈਣਾ ਬਟੂਆ ਪੁੱਤ ਤੇਰਾ ਦੀ। ਗਰਮ ਹੋ ਗਿਆ? ਮੂੰਗਫਲੀ ਗਰਮ ਸੀ, ਵਿਖਾਈ ਕਿੰਨਾ ਗਿਆ ਪੂਰਾ ਗਰਮ, ਹੀਟ ਹੋਇਆ ਪਿਆ ਬਟੂਆ। ਉਹ ਨਾ ਸਕਰੈਚ ਪੈਂਦੇ ਦੂਜੇ ਫੋਨ 'ਤੇ, ਦਿਖਾਈ ਪੁੱਤੇ ਦਿਖਾਈ। ਲਓ ਜੀ ਆਹ ਲਿਆਂਦੀਆਂ ਡੱਬੀਆਂ ਉੱਪਰਲੇ ਢੱਕਣ ਵਾਲੀਆਂ, ਨਾ ਲਿਖਾਉਣਾ ਪਹਿਲਾਂ ਭੁੱਲ ਗਏ, ਫਿਰ ਦੁਬਾਰਾ ਗਏ, ਇਹ ਲਿਖਾ ਕੇ ਲਿਆਂਦਾ ਵੀ ਖੁਸ਼। ਆਹ ਡੱਬੀਆਂ ਵਧੀਆ, 250 ਰੁਪਏ ਦੀਆਂ ਆਈਆਂ ਦੋ ਹੀ, ਪਰ ਹੈਵੀ ਆ ਵਧੀਆ। ਅਤੇ ਮੋਟਰਸਾਈਕਲ ਦੀ ਸਰਵਿਸ ਕਰਾਉਣੀ ਸੀ, ਉਹ ਵੀ ਆਪਾਂ ਕਰਾ ਲਈ ਆ, ਮੋਟਰਸਾਈਕਲ ਪੂਰਾ ਓਕੇ ਆ। ਐਂ ਕਿ 200 ਕਿਲੋਮੀਟਰ ਵੱਧ ਚੱਲ ਗਿਆ, ਮੈਂ ਟਾਈਮ ਨਹੀਂ ਕਦੇ ਟੱਪਣ ਦਿੱਤਾ, ਸਰਵਿਸ ਨਾਲ ਦੀ ਨਾਲ ਕਰਾ ਦੇਈ ਦੀ ਆ। ਮੂੰਗਫਲੀ ਗਰਮਾ ਗਰਮ ਪਾਤੀ ਉਹਨੇ, ਚੱਲ ਕੋਈ ਗੱਲ ਨਹੀਂ। ਚਲੋ ਜੀ ਹੁਣ ਤੁਹਾਨੂੰ ਖੁਸ਼ ਕਿਵੇਂ ਆ? ਖੁਸ਼ ਅੱਜ ਸਾਡਾ ਹੈਗਾ ਪੂਰਾ ਖੁਸ਼, ਇਹਨੂੰ ਚਾਹ ਬਹੁਤ ਜ਼ਿਆਦਾ ਆ। ਇਹ ਕੋਈ ਵੀ ਚੀਜ਼ ਲੈ ਲਏ, ਇਹ ਕੋਈ ਮੂੰਹ ਤਾਂ ਕਰ ਸੰਗਾਂ ਵੀ ਆ, ਇਹ ਕੋਈ ਵੀ ਚੀਜ਼ ਲੈ ਲਏ ਤੇ ਇਹਨੂੰ ਚਾਹ ਬਹੁਤ ਹੁੰਦਾ, ਇਹਨੂੰ ਬਹੁਤ, ਸਾਡੇ ਦਿਲਪ੍ਰੀਤ ਨੂੰ ਨਹੀਂ ਹੁੰਦਾ। ਤੇ ਕੀ ਗੱਲ ਹੁਣ, ਇੱਕ ਵੀ ਹੈਗਾ ਕਾ ਸਾਡਾ, ਇਹ ਕੋਈ ਵੀ ਚੀਜ਼ ਨਵੀਂ ਲੈ ਲਏ ਤੇ ਇਹਨੂੰ ਬਹੁਤ, ਹੁਣ ਬਸ ਇਹਨੂੰ ਆਏ ਆ ਐਕਸਾਈਟਡ ਆ, ਸਵੇਰੇ ਮੋਰਨਿੰਗ ਹੋਵੇ ਮੈਂ ਛੇਤੀ ਛੇਤੀ ਜਾਵਾਂ ਨਵਾਂ ਟਿਫਨ ਲੈ ਕੇ ਤੇ ਫਰੈਂਡਾਂ ਨੂੰ ਦਿਖਾਵਾਂ, ਹੈ ਨਾ? ਨਹੀਂ ਹੁੰਦਾ, ਨਹੀਂ ਹੁੰਦਾ। ਹੋਰ ਫਿਰ ਠੀਕ ਆ ਪੂਰਾ? ਅੱਜ ਹੋ ਗਿਆ ਚਾਹ ਪੂਰਾ, ਅੱਜ ਪੂਰਾ ਇਹਨਾਂ ਨੇ ਫਨ ਕੀਤਾ, ਹੈ ਨਾ? ਸੰਡੇ ਪੂਰਾ ਇੰਜੋਏ ਕੀਤਾ। ਅਤੇ ਸਮਾਨ ਇਹਨਾਂ ਦਾ ਜੋ ਵੀ ਆ ਸਾਰਾ ਲੈ ਜਾਂਦਾ। ਸ਼ਾਮ ਨੂੰ ਆਪਾਂ ਵੀਡੀਓ ਨਹੀਂ ਬਣਾਈ ਕਿਉਂਕਿ ਖੇਤ ਆਪਣੇ, ਮੈਨੂੰ ਖੇਤ ਜਾਣਾ ਪਿਆ, ਖੇਤ ਜਿਹੜਾ ਪੱਕਾ ਖਾਲਾ ਉਹ 'ਚ ਘਾਰਾ ਘੂਰਾ ਪੈ ਗਿਆ ਅਤੇ ਪਿੱਛੇ ਸੂਏ 'ਚ ਪਾਣੀ ਆ ਗਿਆ ਅਤੇ ਹੁਣ ਸਾਨੂੰ ਉਹਦਾ ਫਿਕਰ ਸੀ। ਕੱਲ੍ਹ ਨੂੰ ਹੁਣ ਸੀਮਟ ਪਾ ਕੇ ਅਤੇ ਉਹ ਕੰਮ ਪੂਰਾ, ਕੱਲ੍ਹ ਨੂੰ ਦਿਖਾਊਂਗਾ ਤੁਹਾਨੂੰ। ਸਾਡਾ ਬਹੁਤ ਸਿਆਣਾ, ਸਿਆਣਾ ਤਾਂ ਇਹ ਵੀ ਸਾਡਾ ਬਹੁਤ ਆ ਕੁਛ, ਹੈ ਨਾ? ਹੈ ਕੁਛ ਕੀ ਗੱਲ ਆ, ਇਹ ਗੁੱਸੇ ਵਾਲੀ ਛੇਤੀ ਹੋ ਜਾਂਦਾ, ਮੇਰੇ ਨਾਲ ਮਿੰਟ 'ਚ ਹੀ ਰੁੱਸ ਜਾਂਦਾ, 2 ਮਿੰਟ 'ਚ ਐਂ ਕਦੀ ਜਾਂਦਾ। ਲੈ ਐਤਕੀ ਵੀ ਇਹਨੇ ਫਸਟ ਆਉਣਾ, ਹੈ ਨਾ? ਫਸਟ ਆਉਣਾ ਨਾ, 12 ਤਰੀਕ ਨੂੰ ਇਹਨਾਂ ਦੇ ਪੇਪਰ ਸ਼ੁਰੂ ਆ ਅਤੇ ਕਹਿੰਦਾ ਵੀ ਮੈਂ ਫਸਟ ਆਉਣਾ। ਮੈਂ ਕਿਹਾ ਚੱਲ ਤੂੰ ਫਸਟ ਆਈ, ਫਿਰ ਜਿਹੜੀ ਚੀਜ਼ ਕਹੇਗਾ ਉਹ ਹੀ ਲੈ ਕੇ ਦਊਂ, ਠੀਕ ਆ? ਪੜ੍ਹਿਆ ਕਰ ਵੱਧ ਤੋਂ ਵੱਧ, ਸਟਾਰ ਲੈਂਦਾ ਬਈ, ਸਟਾਰ ਬਹੁਤ ਲੈਂਦਾ ਹੈ ਬੰਦਾ ਸਾਡਾ। ਸੁਣਾ ਦੇ ਕੋਈ ਗੱਲਬਾਤ,
ਛੇਤੀ ਛੇਤੀ ਬੰਨ ਕੇ ਕਰਾ ਦਿਓ, ਤੇਰੀ ਗੱਲ ਜ਼ਿਆਦਾ ਮੰਨਦੇ ਆ। ਨਾ ਪੁੱਤ ਨਾ ਹੋਸ਼ੇ। ਚਲੋ ਜੀ, ਅੱਜ ਵਾਲੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਤੇ ਆਹ ਵਲੌਗ ਦਾ ਐਂਡ ਇੱਥੇ ਕਰਦੇ ਹਾਂ, ਤੇ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੀ ਵੀਡੀਓ 'ਚ। ਬਾਏ।